ਰੱਖਿਆ ਔਰ ਅਸੀਂ ਸੁੱਤੇ ਹੋਏ ਸੀ ਤੇ ਸਾਡੇ ਘਰ ਆ ਗਏ 8:30 ਵਜੇ ਪੁਲਿਸ ਆਈ ਏ ਔਰ ਬ੍ਰਦਰ ਦੇ ਆ ਕੇ ਗੱਲ ਪੈ ਗਏ ਅਸੀਂ ਤਾਂ ਛਡਵਾ ਰਹੇ ਸੀਦੇ ਹੱਥ ਜੋੜ ਕੇ ਉਹਨਾਂ ਨੂੰ ਸੌਰੀ ਵੀ ਫੀਲ ਕਰ ਰਹੇ ਸੀ ਚਲ ਜੇ ਬੋਲ ਗਏ ਨੇ ਪਰ ਥਾਣੇਦਾਰ ਨੇ ਮੈਨੂੰ ਧੱਕਾ ਮਾਰ ਕੇ ਨੀਚੇ ਸੁੱਟਦਾ ਕੀ ਉਹਨਾਂ ਦੱਸਿਆ ਨਹੀਂ ਕਿਉਂ ਵਜਾ ਫੜ ਕਰਿਆ ਕਿੰਨੇ ਜਣੇ ਆ ਔਰ ਕੱਪੜੇ ਵੀ ਫੜੇ ਸੀ 5-6 ਜਣੇ ਹੈਗੇ ਸੀਦੇ ਨਹੀਂ ਲੇਡੀਜ਼ ਕੋਲ ਕੋਈ ਨਹੀਂ ਸੀ ਹੈਗੀ ਨਾਲ ਔਰ ਉਲਟਾ ਕਹਿੰਦੇ ਵੀ ਸਾਡੇ ਤੋਂ ਥੋੜੀ ਹੋ ਗਈ ਕੁੱਟ ਮਾਰ ਕੀਤੀ ਹਾਂਜੀ ਬ੍ਰਦਰ ਨਾਲ ਕੁੱਟ ਮਾਰ ਕੀਤੀ ਔਰ ਅਸੀਂ ਛਡਵਾ ਰਹੇ ਸੀ ਉਲਟਾ ਸਾਨੂੰ ਵੀ ਉਹਨਾਂ ਨੇ ਧੱਕੇ ਮਾਰ ਕੇ ਸੁੱਟੇ ਥਾਣੇ ਦੀ ਪੁਲਿਸ ਦੱਸੀ ਯਾਰ ਕੈਂਟ ਦੀ ਤੇ ਕੌਣ ਆਇਆ ਸੀ ਸੱਚੋ ਕੌਣ ਸੀ ਥਾਣੇਦਾਰ ਸੀ ਕਿੰਨੇ ਜਣੇ 6 ਜਣੇ ਤੁਹਾਡੇ ਨਾਲ ਵੀ ਕੁੱਟ ਮਾਰ ਕੀਤੀ ਹਾਂਜੀ ਮੈਨੂੰ ਧੱਕਾ ਮਾਰ ਕੇ ਸੁੱਟਿਆ ਉਹਨਾਂ ਨੇ ਕੁੱਟ ਤੇ ਕਿੰਨੇ ਦੇ ਪੜੇ ਮੇਰੇ ਫੜੇ ਉਹਨਾਂ ਨੇ ਕੀ ਮੰਗ ਰਹੇ ਤੁਸੀਂ ਕਾਰਵਾਈ ਕਾਰਵਾਈ ਇਨਸਾਫ ਮਿਲਣਾ ਚਾਹੀਦਾ ਸਾਨੂੰ ਮੇਰਾ ਨਾਮ ਧਰਮਜੀਤ ਹੈ ਟੈਂਕ ਵਾਲੀ ਬਸਤੀ ਦੇ ਮੇਰੀ ਕੁੱਟਮਾਰ ਹੋਈ ਕੀ ਹੋਇਆ ਕੀ ਗੱਲ ਸਰ ਸਵੇਰ ਮੈਂ ਚਾਹ ਬਣਾ ਰਹੀ ਸੀ ਤੇ ਦਰਵਾਜ਼ਾ ਖੜਕਿਆ ਮੈਂ ਦਰਵਾਜ਼ਾ ਖੋਲਿਆ ਕਹਿੰਦੇ ਇੱਥੇ ਨੱਥਾ ਸਿੰਘ ਦੀ ਫੈਮਿਲੀ ਰਹਿ ਰਹੀ ਮੈਂ ਕਿਹਾ ਉਹਨਾਂ ਦੀ ਪਤਨੀ ਰਹਿ ਰਹੀ ਹੈ ਬੇਟਾ ਤੇ ਪਤਨੀ ਉਹ ਬੇਟਾ ਤੇ ਉਹਨਾਂ ਦੀ ਨੌਂ ਚਲੇ ਗਏ ਹੈਗੇ ਇੱਥੋਂ ਉਹਨਾਂ ਨੇ ਕੱਢ ਦਿੱਤਾ ਹੈਗਾ ਏ ਉਹਨਾਂ ਦਾ ਬੇਟਾ ਸਹੀ ਨਹੀਂ ਸੀ ਹੈਗਾ ਇਹ ਕਹਿਣ ਦੇ ਬਾਵਜੂਦ ਵੀ ਉਹ ਸਾਡੇ ਘਰੇ ਵੜ ਆਏ ਹੈਗੇ ਸਾਡੇ ਕਮਰਿਆਂ 'ਚ ਤਾਂਕਸ਼ਾਂ ਕਰਨ ਲੱਗ ਗਏ ਮੈਂ ਕਿਹਾ ਮੇਰੀ ਦੇਵਰਾਣੀ ਸੁੱਤੀ ਪਈ ਹੋਈ ਏ ਇੱਧਰ ਰਹਿਣ ਦੋ ਬੱਚੇ ਸੁੱਤੇ ਹੋਏ ਆ ਤੇ ਫਿਰ ਸਾਡੇ ਦੂਸਰੇ ਕਮਰੇ 'ਚ ਚਲੇ ਗਏ ਮੇਰੇ ਬੱਚੇ ਮੇਰੇ ਹਸਬੈਂਡ ਪਏ ਹੋਏ ਸੀ ਕਹਿੰਦੇ ਇਹ ਕੌਣ ਹੈ ਮੈਂ ਕਿਹਾ ਮੇਰਾ ਹਸਬੈਂਡ ਹੈ ਇਹਦਾ ਨਾਮ ਕੀ ਹੈ ਇਹਨਾਂ ਨੇ ਦੱਸਿਆ ਹੈਗਾ ਮੇਰਾ ਨਾਮ ਲਾਜ਼ਰ ਹੈ ਫਿਰ ਭੂਆ ਦੇ ਰੂਮ 'ਚ ਚਲੇ ਗਏ ਹੈਗੇ ਆ ਉੱਧਰ ਦੇਖਿਆ ਫਿਰ ਸਿੱਧਾ ਜਿੱਧਰ ਮੇਰੀ ਦੇਵਰਾਣੀ ਪਈ ਹੋਈ ਸੀ ਉੱਧਰ ਆ ਗਏ ਇਹਨਾਂ ਨੇ ਕਿਹਾ ਸਾਰੇ ਇੱਧਰ ਲੇਡੀ ਸੁੱਤੇ ਹੋਏ ਆ ਤੁਸੀਂ ਕਿਉਂ ਕਰ ਰਹੇ ਕਹਿੰਦੇ ਅਸੀਂ ਤਲਾਸ਼ੀ ਕਰਨੀ ਹੈਗੀ ਹੈ ਤੂੰ ਕੌਣ ਹੁੰਨਾ ਹੈਗਾ ਐਵੇਂ ਇਹਨੂੰ ਕਹਿੰਦੇ ਗੱਡੀ 'ਚ ਫੜੋ ਇਹ ਬੋਲਦਾ ਹੈਗਾ ਅੱਗੋਂ ਚਾਰ ਜਾਣੇ ਫੜ ਕੇ ਤੈਨੂੰ ਧੂਣ ਲੱਗ ਗਿਆ ਹੈਗੇ ਮੇਰੇ ਹਸਬੈਂਡ ਨੂੰ ਇੱਕ ਨੇ ਪੈਂਟ ਤੋਂ ਖਿੱਚੀ ਜਾ ਰਿਹਾ ਹੈਗੇ ਜੈਕਟ ਤੋਂ ਖਿੱਚੀ ਸਾਰੇ ਡੰਡਿਆਂ ਨਾਲ ਵੀ ਮਾਰਿਆ ਹੈਗਾ ਏ ਤੇ ਗਲਿਆਂ ਤੋਂ ਫੜੀ ਜਾਂਦੇ ਹੈਗੇ ਚਾਰ ਜਾਣੇ ਤੁਸੀਂ ਆਪ ਹੀ ਦੱਸੋ ਜਿਹੜੇ ਚਾਰ ਜਾਣੇ ਆ ਇਕੱਲੇ ਬੰਦੇ ਨਾਲ ਕਿੰਨਾ ਕੁਛ ਕੀਤਾ ਹੋਏਗਾ ਫਿਰ ਉਹਨਾਂ ਨੂੰ ਗਲੀ ਤੇ ਜਾ ਕੇ ਵੀ ਲਟਾ ਦਿੱਤਾ ਹੈਗਾ ਹਾਂਜੀ ਸਰ ਮੈਂ ਵੀ ਛੁਡਾ ਰਹੀ ਸੀ ਮੇਰੀ ਨਨਾਣ ਛੁਡਾ ਰਹੀ ਸੀ ਮੇਰੀ ਨਨਾਣ ਨੂੰ ਵੀ ਧੱਕੇ ਮਾਰੇ ਹੈਗੇ ਸਰ ਐਵੇਂ ਬਦਤਮੀਜੀ ਬਹੁਤ ਕੀਤੀ ਹੈਗੀ ਲੇਡੀਜ਼ ਨਾਲ ਵੀ ਉਹਨਾਂ ਨੇ ਕਹਿੰਦੇ ਸਾਡੇ ਕੋਲ ਇੰਨੀ ਅਥਾਰਟੀ ਹੈਗੀ ਤੁਸੀਂ ਕਹਿੰਦੇ ਸਾਡੇ ਕਮਰਿਆਂ 'ਚ ਕੱਦ ਤੋਂ ਕਹਿ ਤਲਾਸ਼ੀ ਕਰਨ ਲੱਗੇ ਉਸ 'ਤੇ ਸਾਰੀ ਬਸਤੀ ਦੀ ਤਲਾਸ਼ੀ ਕਰ ਸਕਦੇ ਹਾਂ ਸਾਨੂੰ ਇਨਸਾਫ ਚਾਹੀਦਾ ਸਾਰੇ ਜਦੋਂ ਸਾਡਾ ਕੋਈ ਹੈ ਹੀ ਨਹੀਂ ਮਸਲਾ ਤੇ ਸਾਡੇ ਘਰਾਂ 'ਚ ਕਿਉਂ ਤਾਂਕ ਸ਼ਾਂਕ ਕੀਤੀ ਜਾ ਰਹੀ ਹੈ ਜਦੋਂ ਭੂਆ ਦਾ ਬੇਟਾ ਰਹਿ ਹੀ ਨਹੀਂ ਰਿਹਾ ਇੱਥੇ ਜਦੋਂ ਬੋਲਿਆ ਗਿਆ ਤਾਂ ਅੱਜ ਵੀ ਧੱਕੇਸ਼ਾਹੀ ਨਾਲ ਵੜ ਗਿਆ ਘਰ ਦੇ ਵਿੱਚ ਮੇਰਾ ਨਾਮ ਲਾਜ਼ਰ ਹੈ ਜੀ ਹਾਂਜੀ ਔਰ ਅਸੀਂ ਜਦ ਕਿ ਘਰੇ ਆਪਦਾ ਬੈਠੇ ਹੋਏ ਹਾਂ ਜੀ ਰਮਾਨ ਦੇ ਨਾਲ ਪਏ ਹੋਏ ਹਾਂ ਬੱਚਿਆਂ ਦੇ ਨਾਲ ਬਸਤੀ ਟੈਂਕ ਵਾਲੀ ਦੇ ਰਹਿਣ ਵਾਲੇ ਹਾਂ ਔਰ 14 ਨੰਬਰ ਗਲੀ ਰੈਸ਼ ਸਾਡੀ ਔਰ ਅਸੀਂ ਜਦ ਕਿ ਘਰੇ ਆਪਦਾ ਰਮਾਨ ਨਾਲ ਪਏ ਹੋਏ ਹਾਂ ਔਰ ਸਾਡੇ ਕੋਲ ਆਏ ਔਰ ਸਿਵਲ ਵਰਦੀ 'ਚ ਮੇਰੀ ਮਸ਼ੀਨ ਦਰਵਾਜ਼ਾ ਜਦ ਖੜਕਾਇਆ ਮੇਰੀ ਵਾਈਫ ਨੇ ਦਰਵਾਜ਼ਾ ਖੋਲ੍ਹਿਆ ਔਰ ਜਦ ਅੰਦਰ ਆਏ ਤਾਂ ਮੈਂ ਲੇਟਿਆ ਹੋਇਆ ਸਾਂ ਬੱਚਿਆਂ ਦੇ ਨਾਲ ਖੇਡ ਰਿਹਾ ਬੈਠਾ ਹੋਇਆ ਸਾਂ ਔਰ ਮੇਰੇ ਕੋਲ ਪੁੱਛਿਆ ਮੈਂ ਕੌਣ ਮੈਨੂੰ ਪੁੱਛਿਆ ਤਾਂ ਮੈਂ ਦੱਸਿਆ ਨਾਮ ਮੇਰੀ ਮਸ਼ੀਨ ਨੇ ਮੇਰੇ ਹਸਬੈਂਡ ਨੇ ਔਰ ਮੈਂ ਨਾਮ ਦੱਸਿਆ ਮੇਰਾ ਨਾਮ ਲਾਜ਼ਰ ਹੈ ਤੋ ਮੈਂ ਬਾਹਰ ਆ ਗਿਆ ਦੂਸਰੇ ਕਮਰੇ 'ਚ ਮੇਰੇ ਜਦਕਿ ਬ੍ਰਦਰ ਦੀ ਵਾਈਫ ਬੈਠੇ ਹੋਏ ਹਲੇ ਮੇਰੇ ਬ੍ਰਦਰ ਦੀ ਡੈਥ ਹੋਈ ਨੇ 24 ਦਿਨ ਹੀ ਹੋਏ ਨੇ ਤੋ 2 ਮਹੀਨੇ ਪਹਿਲਾਂ ਮੇਰੇ ਡੈਡੀ ਦੀ ਡੈਥ ਹੋਈ ਹੈ ਤੋ ਅਸੀਂ ਤਾਂ ਉੱਧਰ ਵਾਈਫ ਉਹਨਾਂ ਦੇ ਬੈਠੇ ਹੋਏ ਅਤੇ ਮੈਂ ਨਹੀਂ ਗੱਲ ਕਹਿ ਰਿਹਾ ਵੀ ਉੱਧਰ ਉਹਨਾਂ ਦੇ ਵਾਈਫ ਬੈਠੇ ਹੋਏ ਨੇ ਲੇਡੀਜ਼ ਬੈਠੇ ਹੋਏ ਨੇ ਲੇਡੀਜ਼ ਬੈਠੇ ਉਹਨਾਂ ਨੂੰ ਕਿਹਾ ਔਰ ਉਹ ਜੀ ਉਹਨਾਂ ਨੇ ਗੱਲ ਨਹੀਂ ਕੀਤੀ ਔਰ ਮੈਨੂੰ ਸਿਰਫ ਕਹਿੰਦੇ ਪਕੜੋ ਇਹਨੂੰ ਲੈ ਕੇ ਚਲੋ ਗੱਡੀ 'ਚ ਪਾਓ ਇਹਨੂੰ ਲੰਮਾ ਔਰ ਉੱਥੇ ਹੀ ਮੇਰੀ ਕੁੱਟਮਾਰ ਸ਼ੁਰੂ ਕਰਤੀ ਔਰ ਮੈਂ ਦਰਵਾਜ਼ਾ ਵੀ ਸਾਡਾ ਜੋ ਲੱਕੜ ਦਾ ਉਹ ਤੋੜ ਦਿੱਤਾ ਗਿਆ ਹੋਇਆ ਜੀ ਤੁਹਾਨੂੰ ਦੱਸਿਆ ਗਿਆ ਸ਼ਾਇਦ ਤੁਹਾਡੇ ਦੇ ਗਏ ਸਾਨੂੰ ਕੁਛ ਨਹੀਂ ਦੱਸਿਆ ਗਿਆ ਜੀ ਕਹਿੰਦੇ ਵੀ ਤੁਸੀਂ ਚੋਰਾਂ ਨੂੰ ਪਨਾਹ ਦਿੰਦੇ ਹੋ ਜਦਕਿ ਸਾਡੇ ਤਾਈ ਜੀ ਦਾ ਕਮਰਾ ਹੈਗਾ ਉੱਥੇ ਕਿਰਾਏ 'ਤੇ ਕੋਈ ਰਹਿ ਰਹੇ ਨੇ ਲੇਡੀਜ਼ ਤੋ ਉਹ ਰਹਿਣ ਦੇ ਕਾਰਨ ਹੀ ਉਹਨਾਂ ਦਾ ਮੁੰਡਾ ਕੀ ਕਰਦਾ ਕੀ ਨਹੀਂ ਕਰਦਾ ਜੀ ਉਹ ਤਾਂ ਖੁਦ ਘਰਾਂ 'ਚ ਕੰਮ ਕਰ ਰਹੇ ਨੇ ਜੀ ਘਰਾਂ 'ਚ ਕੰਮ ਕਰਦੇ ਪਏ ਨੇ ਅਤੇ ਉਹਨਾਂ ਦਾ ਮੁੰਡਾ ਜੋ ਵੀ ਇਹ ਨਸ਼ਾ ਕਰਦਾ ਜੋ ਵੀ ਉਹਨਾਂ ਨੇ ਉਹਨਾਂ ਨੂੰ ਘਰੋਂ ਕੱਢ ਚੁੱਕੇ ਹੋਏ ਨੇ ਔਰ ਮੈਂ ਖੁਦ ਕੰਪਲੇਂਟ ਕਰਨ ਉਹਨਾਂ ਕੰਪਲੇਂਟ ਦਿੱਤੀ ਮੈਂ ਫੋਨ ਕਰਨ ਲੱਗਾ ਉਹਨਾਂ ਦੀ ਵਾਈਫ ਉਹਨਾਂ ਨੂੰ ਲੈ ਗਏ ਲੁਧਿਆਣੇ ਹੁਣ ਸਾਨੂੰ ਨਹੀਂ ਪਤਾ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਔਰ ਉਹ ਸਾਡੇ ਘਰੇ ਆਏ ਜੀ ਉਹਦੇ ਵਾਹੂ 'ਚ ਸਾਨੂੰ ਮਾਰ ਕੁੱਟ ਕੀਤੀ ਗਲੀ 'ਚ ਲਟਾਇਆ ਗਿਆ ਜੀ ਔਰ ਕਹਿੰਦੇ ਮੈਂ ਵੀ ਤੁਸੀਂ ਲੇਡੀਜ਼ ਦੇ ਕਮਰੇ 'ਚ ਜਾ ਰਹੇ ਬਿਨਾਂ ਲੇਡੀਜ਼ ਤੋਂ ਕਹਿੰਦੇ ਸਾਡੇ ਕੋਲ ਅਥਾਰਟੀ ਹੈਗੀ ਅਸੀਂ ਜਾ ਸਕਦੇ ਹਾਂ ਔਰ SHO ਰਮਨ ਕੁਮਾਰ ਹੈ ਜਾਂ ਨਵੀਨ ਕੁਮਾਰ ਕੌਣ SHO ਹੈਗਾ ਸਾਨੂੰ ਨਹੀਂ ਪਤਾ ਹੈਗਾ ਕਿਉਂਕਿ ਉਹਨਾਂ ਦੇ ਜੈਕਟ ਪਾ ਰੱਖੀ ਸੀ ਉਹਨਾਂ ਦੇ 1 ਸਟਾਰ 2 ਸਟਾਰ 3 ਸਟਾਰ ਮੈਨੂੰ ਨਹੀਂ ਇਸ ਗੱਲ ਦਾ ਪਤਾ ਹੈਗਾ ਜੀ ਔਰ
वो जी आपका सीधा ही इना गल बोलते मेरे को अथॉरिटी हैगी मैं लेडीज़ के कमरे से जा सकता है जी। तो सानू इस गल का इंसाफ चाहिए जो साढ़े ना मारकुट की गई और साढ़े बारे इनकुआरी कर सकते भी जे असी कोई डिफाल्टर हाँ जा कुछ भी इदा का काम करते साढ़े जो मर्जी सानू ले जा सकते हैं इनकुआरी कर और जो तलाशी लैनी है वो तलाशी साड़ी लैन बकायदा लैन पर साढ़े को भी बकायदा इन जे तलाशी लैनी तो उनका कोई तो लिखती रूप से सानू भी तो दिखाण कोई लिखती रूप च उन्हों को कुछ नहीं है। मेरे मोटरसाइकिल का कहते भी इनका मोटरसाइकिल भी चुको नवी स्कूटरी ब्रदर ने लई सी स्कूटरी भी कहते असं लैके जाने और स्कूटरी के काय भी है साढ़े को मोटरसाइकिल भी है तो बगैर इदा साढ़े ना नजायज धक्का कर रहे हैं मैनू डर रहे कल मेरे ना कुछ भी कर सकते हैं मैनू मार सकते हैं मेरे से कुछ भी नशा पा सकते हैं तो मैनू इन्हों तो प्लीज बचाया जाए ये पुलिस वाले गुंडे ने। मैं जी आम आदमी पार्टी च वर्कर हाँ जी और मैं उन्होंने बूथ इंचार्ज रहा जी और मेरे को बकायदा प्रूफ भी है कि मैं आम आदमी पार्टी च सेवा की जी और सानू प्लीज इंसाफ की मांग कर रहे साढ़े ना इंसाफ सानू दवाया जाए साढ़े ना धक्का ना किया जाए जे असी चोर ज कुछ भी हाँ कोई सबूत मिलता सानू जरूर अरैसट कर सकते अदरवाइज सानू तंग ना किया जाए क्योंकि मैं पहला दुखी हाँ मेरे ब्रदर की डैथ हुई है मेरे फादर की डैथ हुई है मैं पहला टेंशन च बहुत ज़्यादा है तो मैनू ना प्लीज ये टेंशन देन क्योंकि घर असी गरीब हाँ कोई ज़्यादा नहीं असी नहीं जुगी पर सानू इंसाफ दिता जाए। ओके जी मेरा नाम दीप दशानंद जी रावण सेना तो नैशनल प्रेजिडेंट मसला देखो जी कि पुलिस की जी धक्केशाही है वो बिल्कुल गरीब लोगों के नाल की जा रही है गरीब लोगों नाल अत्याचार गरीब लोगों के नाल खास करके ऐसी वर्ग के नाल जिहड़ा अत्याचार जिहड़ा वो पुलिस का हर पासे देखने को मिल रहा है किते भी कोई सुनवाई नहीं है आ परिवार जिहड़ा पीड़ित परिवार खड़िया है ये पीड़ित परिवार के घर जाके पुलिस ने जिहड़ी कैंट थाने की पुलिस है जिन्होंने धक्केशाही की है औरतों तक दे गल पै गए है उन्होंने कपड़े पाड़ दिते जो तुहानू दिखाया भी गया कि एक कोई गलती नहीं उस परिवार की कोई उन्होंने कोई दरखास्त नहीं कोई कुछ नहीं सिर्फ शक के तौर पर किसी के घर जाके गरीब परिवार के जा घर उन्होंने जा कुटमार करनी बच्चों मुंडियां घसीड़िया गया भैणों नाल भी धक्केशाही की गई है तो बदलाव मैं कहना चाहूँगा सरदार भगवंत सिंह मान नूं मुख्यमंत्री साहब पंजाब दे कि तुसीं बदलाव की गल की सी कि असीं बदलाव लियावांगे कि यही बदलाव जिहड़ा गरीब लोग देखने रह गए थी कि गरीब लोगों ने इदा घर वड़ के पुलिस को इन्नी ज़्यादा मतलब ताकत दी जाए गरीबों लोगों अत्याचार किया जाए भैणों कुटिया जाए उन्हें कपड़े पाले जाए कि इस बदलाव की गल करते जे इदा का बदलाव है तो सानू ये बदलाव जिहड़ा बिल्कुल ही पसंद नहीं है क्योंकि धक्केशाही बिल्कुल बर्दाश्त नहीं की जाएगी पुलिस की जे किसी गरीब से धक्का किया जाएगा अत्याचार किया जाएगा जे परिवार की गलती सी कोई जे परिवार गलत सी जां नशा वेचता सी जां कुछ चोरी दे कोई इन्हां दे एलीगेशन सी इन्हां ते फड़ के इन्हां ते कार्रवाई की जाती पर जदों घर दे विचों कोई चीज़ नहीं बरामद हुई कुछ इदां दा कुछ नहीं होया बिल्कुल लेडीज़ मुलाजम न्याल नहीं लैंदे गए तो लेडीज़ां दे नाल उन्हां दे कमरियां च वड़ के उन्हां नाल धक्केशाही की गई है बड़ी दुखदाई गल है। मैं कहना चाहूँगा आम आदमी पार्टी सरकार नूं कि पुलिस ते नत्थ पाई जाए नहीं तां इह बदलाव फिर एक बार जिहड़ा इह जिहड़ा पलटी खा सकदा है क्योंकि धक्केशाही बहुत ज़्यादा हो रही है गरीबा लोगों पर अत्याचार बहुत ज़्यादा हो रहा है इस परिवार के बहुत ज़्यादा धक्केशाही हुई है पुलिस ने जी की घर वड़ के सो इन बनती जी है पुलिस के जोड़े अफसर ने जोड़े उस मौके पर मौजूद सी जिन्हें इन्होंने नाम लिखवाए हैं उन्होंने जी कार्रवाई होनी चाहिए है वो कैंट थाने का एक एक मुलाजम जोड़ा सस्पेंड होना चाहिए जिन्होंने गरीबों धक्का किया गरीबों अत्याचार किया भैनों के कपड़े तक पाए हैं तो उन्होंने हक्की बक्की पे है गल पे उन्होंने सट्टा भी मारे गए डांगा कुटिया गया बड़ी दुखदाई घटना है जिथे कि एक साढ़े फिरोजपुर के एस एस पी मैडम जिहड़े सुपरिटेंडेंट के पद से तैनात बैठे ने एक लेडीज़ के तौर पर तो उत्थे ही मैडम जी तुहाडे हुंदिआं एक लेडीज़ां दे नाल इन्नी धक्केशाही हो रही है तो बड़ी दुखदाई गल है जिहड़ा अपने थाणिआं वल ध्यान किया जाए कि पुलिस क्यों गरीबां नूं ते गरीबां नाल धक्का करदी है क्यों गरीबां नाल अत्याचार कर रही है उन्हां सारे पुलिस मुलाजमां ते कार्रवाई होनी चाहिए है सस्पेंड होने चाहिए है तो इस गरीब परिवार को इंसाफ मिलना चाहिए। जय वाल्मीकि जय भीम। ने की होया वो कह रहे हैं कि बस्ती टैंका वाली के रहने वाले ने कहते हैं कि घरे आके पुलिस वाले ने कुछ कुटमार की है
तो कुछ सट्टा सीगिया, एक फीमेल आई है लड़की, तो वो कुछ सट्टा ने, कुछ सट्टा वो नाल रिलेटिव है एक वो लगिया ने। किस तरह के सट्टा ने? ਹੈਗੀ ਤਾਂ ਮਤਲਬ ਨੀਲ ਵਗੈਰਾ ਇਹ ਨਹੀਂ ਜ਼ਿਆਦਾ, ਤਾਂ ਬਾਕੀ ਐਕਸਰੇ ਰਿਪੋਰਟ ਕਰਵਾਈਆਂ ਨੇ, ਉਸ ਤੋਂ ਬਾਅਦ ਪਤਾ ਲੱਗੇਗਾ। ਤੇ ਰਿਪੋਰਟ ਉਸ ਨੂੰ ਦਿੱਤੀ ਬਾਕੀ MLR ਕੱਟ ਕੇ? MLR ਹਾਂਜੀ, ਆਨਲਾਈਨ ਰਿਪੋਰਟਾਂ ਚੱਲੀਆਂ ਜਾਣਗੀਆਂ। ਠੀਕ ਹਾਂਜੀ। ਆਪਣੇ ਫਿਰੋਜ਼ਪੁਰ ਕੈਂਟ ਵਿੱਚ ਇੱਕ ਖੋਹ ਹੋਈ ਸੀਗੀ, ਜਿਹਦੇ 'ਚ 1.5 ਲੱਖ ਰੁਪਏ ਦੇ ਨੇੜੇ, 1,20,000 ਰੁਪਇਆ ਅਤੇ ਖੋਹ ਕੀਤਾ ਗਿਆ ਸੀ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ। ਅੱਜ ਅਸੀਂ ਬਸਤੀ ਟੈਂਕਾਂ ਵਾਲੀ ਰੇਡ ਕੀਤਾ, ਜਿੱਥੇ ਪਤਾ ਲੱਗਾ ਕਿ ਅਮਨ ਨਾਮ ਦਾ ਲੜਕਾ ਹੈ ਤੇ ਉਹ ਲੁੱਟਾ ਖੋਹਾ ਕਰ ਰਿਹਾ। ਜਿਹਦੇ ਘਰ ਰੇਡ ਕੀਤਾ ਹੈ ਕਿ ਉਹ ਉੱਥੋਂ ਮੌਕੇ 'ਤੇ ਨਹੀਂ ਮਿਲਿਆ, ਮੌਕਾ ਤੋਂ ਭੱਜ ਗਿਆ ਸੀਗਾ। ਉਹਦੇ ਘਰਦਿਆਂ ਨੂੰ ਦੱਸਿਆ ਵੀ ਇਹਨੂੰ ਪੇਸ਼ ਕੀਤਾ ਜਾਵੇ, ਜਿਹਦੇ ਕੋਲ ਅਸੀਂ ਪੁੱਛਗਿੱਛ ਕਰਦੇ। ਪਰਿਵਾਰ ਮੈਂਬਰ ਕਹਿ ਰਹੇ ਕਿ ਸਾਡੇ ਨਾਲ ਕੁੱਟਮਾਰ ਵੀ ਕੀਤੀ ਗਈ, ਅਜਿਹੀ ਕੋਈ ਗੱਲ ਸਾਹਮਣੇ ਨਹੀਂ ਜੀ। ਪਰਿਵਾਰ ਮੈਂਬਰਾਂ ਨੂੰ ਇਹਨੇ ਕਿਹਾ ਜੀ ਅਮਨ ਅੱਗੇ ਵੀ ਇੱਕ ਦੋ ਵਾਰ ਪਤਾ ਲੱਗਾ ਇਹ ਲੁੱਟਾ ਖੋਹਾ ਦਾ ਕਰਨ ਦਾ ਆਦੀ ਹੈ, ਅੱਗੇ ਵੀ ਇੱਕ ਦੋ ਵਾਰ ਰੇਡ ਕੀਤਾ, ਪੁਲਿਸ ਨੂੰ ਦੇਖ ਕੇ ਅੱਗੇ ਵੀ ਇੱਕ ਦੋ ਵਾਰੀ ਭੱਜਿਆ ਕਿ ਜਦੋਂ ਵੀ ਪੇਸ਼ ਕਰਨ ਜਾਂਦੇ ਹਾਂ ਕੋਈ ਨਾ ਕੋਈ ਇਲਜ਼ਾਮ ਲਾਉਂਦੇ ਨੇ। ਅਜਿਹੀ ਕੋਈ ਗੱਲ ਸਾਹਮਣੇ ਨਹੀਂ ਹੈ ਕਿ ਕੋਈ ਕੁੱਟਮਾਰ ਕੀਤੀ ਹੋਵੇ ਜਾਂ ਕੁਛ ਵੀ। दुखी भैन भरावां दे सच्चे हमदर्द बाबा जलाल शाह 98786-86799 पता लुधियाना पंजाब। मेरे कीते नूं मेरे तो अलावा कोई कट नहीं सकदा, 100% गारंटी नाल पाओ हर परेशानी दा हल। परेशानी जिवें लव मैरिज, प्यार च धोखा, प्रेमी प्रेमिका च झगड़ा, सौतन दुश्मन दा खात्मा, तलाक केस, जमीनी झगड़ा, कर्जा मुक्ति, विदेश यात्रा, विदेश च पक्के होना, लाटरी नंबर पाओ 649 होवे जां लोटो मैक्स, गुप्त वशीकरण करवाओ, मन चाह प्रेमी प्रेमिका अपने वस विच करो, प्यार च ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਬਾਬਾ ਜਲਾਲ ਸ਼ਾਹ 98786-86799 ਪਤਾ ਲੁਧਿਆਣਾ।